सरहदी हलका डेरा बाबा नानक दे पिंड शिकार माशियां विखे पिंड वासियां ते आम आदमी पार्टी दे नौजवान वलंटियरां ने पिंड शिकार माशियां विच भारत सरकार वल्लों गरीब वर्ग दे लोकां नूं मिलण वाली फ्री कणक लाभपात्रियां च वंड तो करन तो पहला ही कणक वेचण जा रहे डिपू होल्डर दे भरा अते ड्राइवर नूं काबू करके पुलिस हवाले करन दा मामला सामने आया है। इस संबंधी पिंड वासियां ने आख्या कि पिंड दा डिपू होल्डर ते उस दे परिवारक मैंबर भारत सरकार अते पंजाब सरकार वल्लों मिलण वाली आटा दाल स्कीम तहत गरीब लोकां नूं मिलण वाली कणक च वड्डे पद्धर ते घपलेबाजी करदे आ रहे ने। उन्हां दस्सिया कि उन्हां ने आम आदमी पार्टी दे वलंटियरां नाल मिल के डिपू होल्डर दे होर भी कई कारनामे जग जाहर कीते ने। उन्हें पंजाब सरकार वल्लों मंग कीती कि डिपू होल्डर ते शिकंजा कसिया जावे ते उन्हां नूं सख्त तों सख्त सज़ा दित्ती जावे। हाँ जी, की नाम जी? जसवंत सिंह जी। की मामला की जी? एक कणक दा जी मामला, एक कणक नहीं देण दिया, 3 साल हो गए शिकार माछियां दे विच, इहने कणक नहीं वंडी लोकां दे, मतलब कणक वेचदा रहा है। एक पासे इत्थे हो गए मैनूं कणक वी नहीं दित्ती, 3 साल हो गए मेरा कार्ड आंदा इक तरह कटिया गया, ते कल मैं गया ते कल वी इहने मैनूं आंदा वी मेरे कार्ड जिहड़े घट आए ने ते कत्ते वल्लों जाके लैंदा। मैं कत्ते वल्लों जाके कार्ड मतलब लई, 3 साली बाद 4 साली बाद। कत्ता कौन है जी? ओह वी डिपू होल्डर है। एक कणक खाई जांदा रहा, कणक वेचदा रहा लोकां नूं। एक पासे जिथे सरकार कहिंदी आम आदमी पार्टी दी भी अहीं मतलब भ्रिष्टाचारी खत्म करनी है, इस नूं किस तरह वेचदे ते? ਇਹ ਭ੍ਰਿਸ਼ਟਾਚਾਰੀ ਦਾ ਹੁਣ ਪਹਿਲਾਂ ਹੀ ਬੰਦਾ ਜੇ ਫੜਿਆ ਗਿਆ ਸਾਡੇ ਪਿੰਡ ਦੇ ਵਿੱਚ, ਇਹ ਚੰਗਾ ਤੇ ਠੀਕ, ਜੇ ਇਹਨੂੰ ਛੱਡਣਾ ਨੀ ਚਾਹੀਦਾ, ਇਹਨੂੰ ਤਾਂ ਬੰਦੇ ਨੂੰ ਸਗੋਂ ਚਾਹੀਦੀ ਫਾਂਸੀ, ਇਹਨੂੰ ਕੋਈ ਖੋਣਾ ਚਾਹੀਦਾ ਸਭ ਕੁਝ ਡਿਪੂ ਡਿਪੂ। ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ? ਅਸੀਂ ਤੇ ਸਰਕਾਰ ਕੋਈ ਉਹ ਮੰਗ ਕਰਦੇ ਵੀ ਡਿਪੂ ਇਹਨੂੰ ਕੋਈ ਖੋਣਾ ਚਾਹੀਦਾ। ਇਹ ਕਣਕ ਇਹਨੇ 5 ਸਾਲ ਅੱਗੇ ਵੀ ਕਾਂ ਰਾਸਤੇ ਵੇਲੇ ਪੂਰੀ ਖਾਧੀ ਹੈ, ਕਿਸੇ ਨੂੰ ਕਣਕ ਨਹੀਂ ਦੇ ਕੇ ਖੁਸ਼ ਹੈਗਾ। ਜਿਨ੍ਹਾਂ ਨੂੰ ਲੋਕਾਂ ਨੂੰ ਅੱਗੇ 4-4 ਤੋੜੇ ਆਉਂਦੇ ਸੀ, 5 ਸਾਲ ਕਾਂਗਰਸ ਦੇ ਵੇਲੇ ਵੀ ਇਹ ਤੋੜਾ ਇਹਦੇ ਸਰਪੰਚ ਰਲ ਕੇ ਖਾਂਦੇ ਰਹੇ ਨੇ। ਹੁਣ ਐਸ ਐਚ ਓ ਸਾਹਿਬ ਕਿੱਥੇ ਲੈ ਗਏ ਬੰਦੇ ਨੂੰ? ਇਹ ਉਹਦੇ ਘਰ ਗਏ ਨੇ ਲੈ ਕੇ, ਹੁਣ ਪਤਾ ਲੱਗ ਜਾਂਦਾ ਕੀ ਕਰਦੇ ਨੇ ਉੱਥੇ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰ ਚੇਂਜ ਕੀਤੀ ਗਈ, ਲੋਕਾਂ ਵੱਲੋਂ ਵੀ ਬਦਲਾਅ ਆਊਗਾ, ਅੱਜ ਤੁਹਾਡੇ ਹੀ ਪਿੰਡ ਦਾ ਜਿਹੜਾ ਕੋਈ ਡਿਪੂ ਹੋਲਡਰ ਕਣਕ ਵੇਚਦਾ ਜਿਹੜਾ ਲੈ ਕੇ ਜਾ ਰਿਹਾ ਫੜਿਆ ਗਿਆ, ਇਸ ਸੰਬੰਧੀ ਤੁਹਾਡਾ ਕੀ ਕਹਿਣਾ ਜੀ? ਬਿਲਕੁਲ ਸਹੀ ਹੈ ਜੀ, ਜਿਹੜੀ ਗੱਲ ਬਦਲਾਵ ਦੀ ਹੈ ਉਹ ਬਦਲਾਵ ਨਜ਼ਰ ਆ ਰਿਹਾ। ਲੋਕ ਆਮ ਮੁਹਾਰੇ ਰਾਤ ਨੀ ਦੇਖੀ, ਦੇਖ ਲੋ ਕਿੱਦਾਂ ਸੜਕਾਂ ਤੇ ਆ ਗਏ ਨੇ, ਕਿਉਂਕਿ ਚਾਹੁੰਦੇ ਸਨ ਪੰਜਾਬ ਚ ਬਦਲਾਵ। ਉਸ ਬਦਲਾਵ ਦੇ ਵਿੱਚ ਕੋਈ ਚੋਰੀਆਂ ਸਨ, ਉਹ ਚੋਰੀਆਂ ਜਿਹੜੀਆਂ ਸਨ, ਸਾਨੂੰ ਸਾਨੂੰ ਪਤਾ ਲੱਗਦਾ ਵੀ ਕਾਂਗਰਸ ਵਾਲੇ ਕਿੱਦਾਂ ਕਰਦੇ ਨੇ, ਅਕਾਲੀ ਕਿੱਦਾਂ ਕਰਦੇ ਨੇ, ਪਰ ਆਮ ਆਦਮੀ ਪਾਰਟੀ ਨੇ ਉਹ ਮੋਰੀ ਲੱਭ ਲਈ। ਮੋਰੀ ਲੱਭਣੀ ਬਹੁਤ ਜ਼ਰੂਰੀ ਸੀ, ਇਸ ਕਰਕੇ ਅੱਜ ਸਾਡੇ ਨਗਰ ਦੇ ਨੌਜਵਾਨਾਂ ਨੇ ਡਿਪੂ ਹੋਲਡਰ ਨੂੰ ਫੜਿਆ, ਕਿਉਂਕਿ ਕਣਕ ਚੋਰੀ ਵੇਚਦਾ ਸੀ। ਇਹ ਆਦਤਾਂ ਸਨ ਪਈਆਂ ਕਾਂਗਰਸ ਵੇਲੇ ਦੀਆਂ, ਅਕਾਲੀਆਂ ਵੇਲੇ ਦੀਆਂ, ਇਹ ਲੀਹਾਂ ਪਈਆਂ ਸਨ, ਅਤੇ ਜਾਂ ਤਾਂ ਹਟ ਜਾਂਦੇ ਤਾਂ ਚੰਗੀ ਗੱਲ ਸੀ, ਹੁਣ ਲੀਹ 'ਤੇ ਚੱਲਦੇ ਤਾਂ ਲੀਹਾਂ 'ਤੇ ਬੈਠੇ ਸਨ ਬਦਲਾਵ ਵਾਲੇ, ਇਹ ਬਦਲਾਵ ਨੇ ਫੜਿਆ। ਇਹ ਬਦਲਾਵ ਦਾ ਇੱਕ ਕੀ ਕਹਿ ਸਕਦੇ ਹਾਂ ਆਪਾਂ ਕਿ ਰੰਗ ਹੈ, ਇਹ ਦਿਨ ਰਾਤ ਕਰਕੇ ਬਦਲਾਵ ਲਿਆਂਦਾ, ਅਤੇ ਹੁਣ ਉਸ ਬਦਲਾਵ ਦਾ ਰਿਜ਼ਲਟ ਆ ਰਿਹਾ। ਅਜੇ ਹੋਰ ਵੀ ਬਹੁਤ ਕੁਝ ਹੈ, ਉਹ ਵੀ ਫੜੇ ਜਾਣਗੇ, ਕਿਉਂਕਿ ਕਿਸੇ ਨੇ ਲਾਈਨਾਂ ਲਿਖੇ ਸਨ ਕਿ ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਉਹ ਲਾਈਨਾਂ ਸੱਚ ਲਿਖੀਆਂ ਗਈਆਂ ਕਿਸੇ ਕੋਲੋਂ, ਉਹ ਅੱਜ ਸਾਬਤ ਹੋ ਰਹੀਆਂ ਨੇ ਕਿ ਸਭ ਫੜੇ ਜਾਣਗੇ, ਸਭ ਫੜੇ ਜਾਣਗੇ। ਹੁਣ ਪਤਾ ਨਹੀਂ ਕਿਹਦੀ ਵਾਰੀ ਹੈ, ਕੌਣ ਇਹ ਮੋਹਰੀ ਰਾਹੀਂ ਨਿਕਲਣ ਯਤਨ ਕਰਦਾ, ਅਤੇ ਮੋਹਰੀ ਅੱਗੇ ਬੈਠੇ ਨੇ ਬਦਲਾਵ ਵਾਲੇ, ਆਮ ਆਦਮੀ ਪਾਰਟੀ ਪਹਿਰਾ ਦੇ ਰਹੀ ਹੈ, ਆਪਾਂ ਇਹ ਬਦਲਾਵ ਦੇ ਨਾਲ ਹਾਂ। ਉਧਰ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਨੇ ਸਰਕਾਰੀ ਕਣਕ ਵੇਚਣ ਜਾ ਰਹੇ ਡਿਪੂ ਹੋਲਡਰ ਦੇ ਭਰਾ ਅਤੇ ਗੱਡੀ ਦੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਫੋਨ 'ਤੇ ਮਸੂਲ ਹੋਇਆ ਕਿ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਕਿ ਸਰਕਾਰ ਮਾਛੀਆਂ ਦਾ ਡਿਪੂ ਹੋਲਡਰ ਸਰਕਾਰੀ ਕਣਕ ਵੇਚਣ ਲਈ ਲੈ ਕੇ ਜਾ ਰਿਹਾ ਹੈ, ਜੋ ਕਿ ਮੈਂ ਅਤੇ ਪੁਲਿਸ ਪਾਰਟੀ ਸਮੇਤ ਸਕੂਲ ਮਿਡਲ ਸਕੂਲ ਰੋਡ ਅੱਡਾ ਸ਼ਿਕਾਰ ਮਾਛੀਆਂ ਤੋਂ ਧਾਰੋਵਾਲੀ ਕਾਬੂ ਕੀਤਾ। ਅੱਡਾ ਸਕੂਲ ਮਾਛੀਆਂ ਦਾ ਮਤਲਬ ਜਾਂਦਾ ਹੈ ਧਾਰੋਵਾਲੀ, ਤੋਂ ਕਾਬੂ ਕੀਤਾ, ਜਿਸ ਸਮੇਤ ਛੋਟਾ ਹਾਥੀ ਕਾਬੂ ਕੀਤਾ ਗਿਆ, ਜਿਸ ਵਿੱਚੋਂ 45 ਤੋੜੇ ਖੁੱਲ੍ਹੇ ਕਣਕ ਮੰਨ ਲਓ 45 ਤੋੜੇ ਦੂਜੀਆਂ ਬੋਰੀਆਂ 'ਚ ਪਾਏ ਕਾਬੂ ਕੀਤੇ ਗਏ, ਜਿਸ ਸੰਬੰਧੀ ਬਲਾਤਾਰ ਅਫਸਰਾਂ ਦੇ ਨੋਟਿਸ ਵਿੱਚ ਲਿਆਂਦਾ ਗਿਆ, ਅਗਲੀ ਕਾਰਵਾਈ ਕੀਤੀ ਜਾਏ ਅਮਲ ਵਿੱਚ ਲਿਆਉਂਦੀ ਹੈ।
ਹੈ।